ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੋਂ ਬਾਹਰ ਸਮਾਨ ਕੱਢ ਕੇ ਲਗਾਇਆ ਗਿਆ ਹੋਇਆ ਸੀ, ਜਿਸ ਕਾਰਨ ਬਾਜ਼ਾਰ ਕਾਫੀ ਭੀੜ ਭਾੜ ਵਾਲੇ ਹੋ ਗਏ ਸੀ। ਲੋਕਾਂ ਦਾ ਬਾਜ਼ਾਰ ਵਿੱਚ ਆਉਣਾ ਜਾਣਾ ਮੁਸ਼ਕਲ ਸੀ, ਟ੍ਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਨਹੀਂ ਚੱਲਦੀ ਸੀ, ਕਈ ਕਈ ਸਮੇਂ ਲੰਬੇ ਲੰਬੇ ਜਾਮ ਲੱਗੇ ਰਹਿੰਦੇ ਸਨ, ਜਿਨ੍ਹਾਂ ਕਰਕੇ ਸ਼ਹਿਰ ਵਾਸੀ ਲੰਬੇ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ। ਸ਼ਹਿਰ ਵਾਸੀਆਂ ਇਹਨਾਂ ਮੁਸ਼ਕਲਾਂ ਦੇ ਸਾਹਮਣੇ ਕਰਦੇ ਹੋਏ ਨਗਰ ਕੌਂਸਲ ਅਤੇ ਸੰਬੰਧਿਤ ਟ੍ਰੈਫਿਕ ਪੁਲਿਸ ਨੂੰ ਕਈ ਵਾਰ ਕਿਹਾ ਸੀ, ਪਰ ਰਾਜਨੀਤੀ ਦਬਾਅ ਅਤੇ ਆਪਦੇ ਰਸੂਖ ਦੇ ਚਲਦੇ ਅਤੇ ਵਪਾਰ ਮੰਡਲ ਦੀ ਦਖਲ ਅੰਦਾਜ਼ੀ ਦੇ ਚਲਦੇ ਬਾਜ਼ਾਰ ਖੁੱਲ੍ਹੇ ਨਹੀਂ ਹੋ ਰਹੇ ਸੀ। ਅੱਜ ਇਹ ਸਭ ਨੂੰ ਦਰਕਿਨਾਰ ਕਰਦੇ ਹੋਏ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸ਼ਹਿਰ ਵਾਸੀਆਂ ਦੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਪਾਰ ਮੰਡਲ ਨਾਲ ਸਲਾਹ ਕਰਨ ਤੋਂ ਬਾਅਦ ਟ੍ਰੈਫਿਕ ਪੁਲਿਸ ਨੂੰ ਨਾਲ ਲੈ ਕੇ ਸੈਨੇਟਰੀ ਸੁਪਰਡੈਂਟ ਨਰੇਸ਼ ਖੇੜਾ ਅਤੇ ਸੈਂਟਰੀ ਇੰਸਪੈਕਟਰ ਜਗਦੀਪ ਅਰੋੜਾ ਆਪਣੀ ਟੀਮ ਨਾਲ ਤੜਕਸਾਰੀ ਬਾਜ਼ਾਰਾਂ ਵਿੱਚ ਨਿਕਲ ਪਏ ਅਤੇ ਉਹਨਾਂ ਵੱਲੋਂ ਬਾਰਡਰ ਰੋਡ 'ਤੇ ਜਿੰਨੀਆਂ ਵੀ ਦੁਕਾਨਾਂ ਨੇ, ਚਾਹੇ ਉਹ ਕਬਾੜ ਦੀਆਂ, ਚਾਹੇ ਉਹ ਭਾਂਡੇ ਦੀਆਂ, ਚਾਹੇ ਉਹ ਦਵਾਈਆਂ ਦੀਆਂ, ਚਾਹੇ ਉਹ ਕੱਪੜਿਆਂ ਦੀਆਂ, ਉਸ ਤੋਂ ਇਲਾਵਾ ਚੌਂਕ, ਘੰਟਾ ਘਰ, ਮਹਿਰੀਆਂ ਬਾਜ਼ਾਰ, ਗਊਸ਼ਾਲਾ ਰੋਡ, ਲਾਲ ਬੱਤੀ ਚੌਂਕ, ਕਿਸੇ ਵੀ ਦੁਕਾਨਦਾਰ ਦਾ ਜਿਹੜਾ ਜਿਸ ਤਰ੍ਹਾਂ ਦਾ ਵੀ ਸਮਾਨ ਉਸ ਦੀ ਦੁਕਾਨ ਦੀ ਹੱਦ ਤੋਂ ਬਾਹਰ ਪਿਆ ਸੀ, ਥੜੇ ਤੋਂ ਬਾਹਰ ਪਿਆ ਸੀ, ਉਹ ਸਾਰੇ ਸਮਾਨ ਨੂੰ ਜ਼ਬਤ ਕਰ ਲਿਆ ਅਤੇ ਕਈ ਦੁਕਾਨਦਾਰਾਂ ਦੇ ਗਊਸ਼ਾਲਾ ਰੋਡ 'ਤੇ ਜਨਰੇਟਰ ਦੁਕਾਨਾਂ ਤੋਂ ਬਾਹਰ ਪਏ ਸੀ, ਉਹਨਾਂ ਦੇ ਚਲਾਨ ਵੀ ਕੱਟੇ ਗਏ। ਅੱਜ ਵੱਡੀ ਮਾਤਰਾ ਵਿੱਚ ਸਮਾਨ ਜ਼ਬਤ ਕੀਤਾ ਗਿਆ। ਇਹ ਤੜਕਸਾਰ ਹੋਏ ਐਕਸ਼ਨ ਕਰਕੇ ਜਿੱਥੇ ਸ਼ਹਿਰ ਵਾਸੀ ਦੁਕਾਨਦਾਰ ਹੈਰਾਨ ਅਤੇ ਪਰੇਸ਼ਾਨ ਨਜ਼ਰ ਆਏ, ਉੱਥੇ ਆਮ ਜਨਤਾ ਬੜੀ ਖੁਸ਼ ਅਤੇ ਸਕੂਨ ਭਰੇ ਨਜ਼ਰ ਆਈ। ਲੋਕਾਂ ਨੇ ਕਿਹਾ ਕਿ ਚੌਂਕ, ਘੰਟਾ ਘਰ ਦੇ ਆਲੇ ਦੁਆਲੇ ਨਿਕਲਣਾ ਹੀ ਬੜਾ ਔਖਾ ਸੀ, ਪਰ ਹੁਣ ਉੱਥੇ ਬਾਜ਼ਾਰ ਖੁੱਲ੍ਹੇ ਹੋ ਗਏ, ਗਊਸ਼ਾਲਾ ਰੋਡ 'ਤੇ ਸਮਾਨ ਚੱਕਿਆ ਗਿਆ, ਜਿਸ ਕਰਕੇ ਨਗਰ ਕੌਂਸਲ ਦੀ ਟੀਮ ਵਧਾਈ ਦੀ ਪਾਤਰ ਹੈ। ਇੱਥੇ ਬੋਲਦੇ ਵੱਖ ਵੱਖ ਦੁਕਾਨਦਾਰਾਂ ਨੇ, ਆਮ ਪਬਲਿਕ ਨੇ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕੀ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਦੁਕਾਨ ਹੈ ਜੀ, ਆਹ ਦੁਕਾਨ ਕੀ ਦੀ ਜੀ, ਇਹ ਸਮਾਨ ਕਿਉਂ ਨਹੀਂ ਚੱਕਿਆ ਗਿਆ ਜੀ? ਨਹੀਂ, ਉਹ ਪਿੱਛੇ ਕਾਫੀ ਅੱਗੇ ਹੱਦ ਤੋਂ ਬਾਹਰ ਹੈ ਦੁਕਾਨ ਤੋਂ। ਨਹੀਂ, ਦੁਕਾਨ ਅਸੀਂ ਪਤਾ ਕੀ ਕਰ ਰਹੇ ਹਾਂ, ਅਸੀਂ ਨਾ ਹਰੇਕ ਕਿਸੇ ਦਾ ਸਮਾਨ ਉਹਨਾਂ ਕੋਲ ਚੱਕ ਰਹੇ ਹਾਂ ਕਿ ਹਰੇਕ ਕਿਸੇ ਨੂੰ ਥੋੜਾ ਬਹੁਤ ਮਹਿਸੂਸ ਹੋਵੇ। ਸਾਡਾ ਮਕਸਦ ਜਿਹੜਾ ਹੈ ਨਾ, ਉਹ ਸਮਾਨ ਚੱਕਣ ਦਾ ਨਹੀਂ ਹੈ, ਅਸੀਂ ਸਿਰਫ ਇੰਨਾ ਕੁ ਹੈ, ਅਸੀਂ ਇਧਰੋਂ ਸ਼ੁਰੂ ਹੋਏ ਹਾਂ, ਠੀਕ ਹੈ ਜੀ, ਹਰੇਕ ਦਾ ਸਮਾਨ ਚੱਕ ਰਹੇ ਹਾਂ, ਕਿਉਂਕਿ ਟਰਾਲੀਆਂ ਸਾਡੇ ਕੋਲ 3 ਨੇ ਜੀ। ਨਹੀਂ, ਕਾਫੀ ਹੱਦ ਤੋਂ ਬਾਹਰ ਜਿਹੜਾ, ਮਤਲਬ ਕਿ ਅਸੀਂ 2 ਘੰਟੇ ਬਾਅਦ ਫਿਰ ਕੈਂਪੇਨ ਸ਼ੁਰੂ ਕਰ ਦਾਂਗੇ। ਮਤਲਬ ਕਿ ਚੇਤਾਵਨੀ ਦਿੱਤੀ ਗਈ ਹੈ? ਇਹ ਚੇਤਾਵਨੀ ਨਹੀਂ ਜੀ, ਚੇਤਾਵਨੀ ਤਾਂ ਸਿੰਪਲ ਜ਼ੁਬਾਨੀ ਹੁੰਦੀ ਹੈ, ਠੀਕ ਹੈ, ਅਸੀਂ ਸਮਾਨ ਚੱਕ ਕੇ ਚੇਤਾਵਨੀ ਦਿੱਤੀ ਹੈ, ਜਿੰਨਾ ਕੁ ਸਮਾਨ ਪਿੱਛੋਂ ਚੱਕਿਆ ਉਹਨਾਂ ਦਾ ਵੀ ਥੋੜਾ ਬਹੁਤ ਛੱਡਿਆ। ਮਤਲਬ ਕਿ ਇਹ ਚੀਜ਼ਾਂ ਖਾਲੀ ਹੋਣਗੀਆਂ ਜਿਹੜੇ ਕਿ ਵੈਸੇ ਹੀ ਮੁਹਿੰਮ ਨੂੰ ਹਾਇਆ ਗਿਆ? ਨਹੀਂ ਜੀ, ਨਹੀਂ, ਤਸਵੀਰਾਂ ਹਾਈਆਂ ਗਈਆਂ? ਨਹੀਂ ਜੀ, ਨਹੀਂ, ਇਹ ਸਮਾਨ ਬਿਲਕੁਲ ਜਾਏਗਾ, ਬਿਲਕੁਲ ਜ਼ਬਤ ਹੋਇਆ। ਇਹਦੇ ਟਰਾਲੀਆਂ ਚੈੱਕ ਕਰੋ, ਟਰਾਲੀਆਂ ਦਾ ਦੇਖੋ, ਤੁਸੀਂ ਆਫਿਸ ਆਓ। ਜਿਹੜਾ ਕਬਜ਼ਾ ਤੁਸੀਂ, ਜਿਹੜਾ ਕਬਜ਼ੇ ਤੇ ਸੀਗਾ ਜਿਹੜਾ ਸਮਾਨ ਸੀਗਾ, ਤੁਸੀਂ ਤਾਂ ਜ਼ਬਤ ਕਰ ਲਿਆ, ਪਰ ਕਈ ਥਾਵਾਂ ਤੇ ਦੇਖਣ ਨੂੰ ਮਿਲਿਆ ਜਿਹੜੀ ਕਾਫੀ ਕਬਜ਼ੇ ਨੇ ਕੀਤੇ ਹੋਏ ਨੇ ਸੜਕ ਉੱਤੇ। ਮੰਨ ਲਓ ਆਪਾਂ ਇੱਕੋ ਕਬਜ਼ੇ ਦੇ ਉੱਪਰ ਚਲੇ ਗਏ ਨਾ, ਤੇ ਹੋਰ ਪਾਸੇ ਅਸੀਂ ਜਾ ਨਹੀਂ ਸਕਦੇ, ਸਾਡਾ ਫਿਰ ਕਹਿ ਰਿਹਾ। ਇਸ ਚੀਜ਼ ਨੂੰ ਕਿਵੇਂ ਖਤਮ ਕੀਤਾ ਜਾਏਗਾ? ਇਸ ਚੀਜ਼ ਨੂੰ ਖਤਮ ਕੀਤਾ ਜਾਏਗਾ, ਮੰਨ ਲਓ ਥੋੜਾ ਜਿਹਾ ਇਹਨਾਂ ਨੂੰ ਮਹਿਸੂਸ ਹੋਇਆ ਅੱਜ ਇਹਨਾਂ ਦਾ ਨੁਕਸਾਨ ਹੋਇਆ, ਜੇ ਮੰਨ ਲਓ ਇਹ ਫਿਰ ਵੀ ਨਹੀਂ ਕਰਨਗੇ ਤਾਂ ਫਿਰ ਕੈਂਪੇਨ ਕੰਟੀਨਿਊਸਲੀ ਚਲਾਵਾਂਗੇ ਅਸੀਂ। ਚਾਹੋਗੇ ਕਿ ਕਿਸ ਤਰ੍ਹਾਂ ਦਾ ਮੁਹਿੰਮ ਜਿਹੜੀ ਇਹ ਚੱਲ ਰਹੀ ਹੈ ਜੀ? ਪੰਜਾਬ ਸਰਕਾਰ ਦੇ ਵੱਲੋਂ ਇਹ ਮੁਹਿੰਮ ਚਲਾਈ ਗਈ ਸੀਗੀ, ਜਿੱਥੇ ਵੀ ਕੋਈ ਨਜਾਇਜ਼ ਕਬਜ਼ੇ ਹੁੰਦੇ ਹੈ ਉਹਨਾਂ ਨੂੰ ਆਦੇਸ਼, ਭਾਵੇਂ ਪੰਚਾਇਤਾਂ ਹੋਣ, ਭਾਵੇਂ ਨਗਰ ਕੌਂਸਲ ਹੋਵੇ, ਉਹਨਾਂ ਨੂੰ ਆਦੇਸ਼ ਦਿੱਤੇ ਗਏ ਸੀਗੇ ਵੀ ਇਹ ਕਬਜ਼ੇ ਹਟਾਏ ਜਾਣ ਜੀ, ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਹਦਾਇਤ ਹੋਈ ਸੀਗੀ ਕਿ ਇਹਨਾਂ ਨੂੰ ਨੋਟਿਸ ਦੇ ਕੇ ਸੂਚਿਤ ਕਰਕੇ ਇਹਨਾਂ ਨੂੰ ਨਾਲ ਸਹਿਯੋਗ ਦੇ ਨਾਲ ਇਹ ਕਬਜ਼ੇ ਛੁਡਾਏ ਜਾਣ। ਅਸੀਂ ਨੋਟਿਸ ਜਾਰੀ ਕਰਦੇ ਸੀਗੇ, ਲੇਕਿਨ ਇਹਨਾਂ ਦੀ ਕੰਪਲਾਈਂਸ ਨਾ ਹੋਣ ਦੀ ਸੂਰਤ ਵਿੱਚ ਅੱਜ ਨਗਰ ਕੌਂਸਲ ਨੇ ਇਹ ਅਭਿਆਨ ਚਲਾਇਆ। ਸ਼ਹਿਰ ਦੇ ਅੰਦਰ ਹੋਰ ਵੀ ਕਈ ਥਾਵਾਂ ਨੇ ਜਿੱਥੇ ਕਬਜ਼ੇ ਹੈਗੇ ਨੇ, ਉਹਨਾਂ ਦੇ ਲਈ ਕਿਸ ਤਰ੍ਹਾਂ ਦਾ ਐਕਸ਼ਨ ਰਹੇਗਾ ਨਗਰ ਕੌਂਸਲ ਦਾ? ਬਿਲਕੁਲ, ਜਿਹੜੀਆਂ ਜਗ੍ਹਾ ਸਾਡੇ ਧਿਆਨ 'ਚ ਨੇ ਜਾਂ ਤੁਹਾਡੇ ਧਿਆਨ 'ਚ ਨੇ, ਸਾਡੇ ਧਿਆਨ 'ਚ ਲੈ ਕੇ ਆਓ। ਇਸ ਤੋਂ ਇਲਾਵਾ ਜਿਹੜੀਆਂ ਸ਼ਿਕਾਇਤਾਂ ਸਾਨੂੰ ਮਿਲਦੀਆਂ ਨੇ, ਅਸੀਂ ਹਫ਼ਤੇ ਵਿੱਚ 1 ਦਿਨ ਕੈਂਪੇਨ ਕਰਨੀ ਹੈ ਜੀ, ਅਤੇ ਜਿਹਦੇ ਤਹਿਤ ਮੰਨ ਲਓ ਕੋਈ ਸਰਕਾਰੀ ਜਗ੍ਹਾ ਦੇ ਉੱਪਰ ਕੋਈ ਸਮਾਨ ਪਿਆ ਤਾਂ ਅਸੀਂ ਉਹ ਦੂਰ ਚੁਕਾਵਾਂਗੇ।
अज जो मुहिम की गल करिए अज के एक्शन की गल करिए तो किन्ने दुकानदार से जिन्हों वालों कब्जा किया हुआ सी जी। मेन अज मेन बॉर्डर रोड के उपर काफ़ी टाइम का असं नोटिस जारी कर रहे थे। मेन कबाड़ वाली दुकाना सगिया इतने क्योंकि बारिश का सीजन होने करके बारिश पैंती है तो कबाड़ वाले जोड़े होंगे ने बर्तन होंगे ने या उन्होंने पानी इकट्ठा हो जाता है तो अक्सर डेंगू का लारवा भी मिल जाता है तो कबाड़ करके गंदगी भी बहुत फैलती है। तो साडा ये उपराला सीगा कि असी इस कैंपेन नू असी बॉर्डर रोड तो शुरू करिए सानू जिला प्रशासन वालों भी ये कहा गया सीगा ਇਸ ਕਰਕੇ ਅਸੀਂ ਇਸ ਕੈਂਪੇਨ ਨੂੰ ਅਸੀਂ ਇੱਧਰ ਲੈ ਕੇ ਆਏ। ਕੋਈ ਐਮ ਸੀ ਦੀ ਵੀ ਦੁਕਾਨਾਂ ਹੈਗੀਆਂ ਨੇ ਜੀ ਇੱਥੇ ਜਿਹੜੇ ਐਮ ਸੀ ਨਗਰ ਅਸੀਂ ਕੋਈ ਪਰਟੀਕੁਲਰ ਕਿਸੇ ਕੌਂਸਲਰਸ ਨਹੀਂ ਅਸੀਂ ਸਿਰਫ ਇੱਕ ਰੂਟੀਨ ਵਾਈਜ਼ ਅਸੀਂ ਅੱਲੀ ਅੱਲੇ ਚੌਂਕ ਤੋਂ ਸ਼ੁਰੂ ਕੀਤਾ ਹੈ ਚਾਹੇ ਉਹ ਕੌਂਸਲਰ ਸੀਗੇ ਚਾਹੇ ਉਹ ਆਮ ਪਬਲਿਕ ਸੀਗੀ ਜਿੰਦਾ ਵੀ ਸਮਾਨ ਪਿਆ ਸੀ ਸਾਰਾ ਚੱਕਿਆ। ਕੋਈ ਵਿਰੋਧ ਵੀ ਕੀਤਾ ਗਿਆ ਲੋਕਾਂ ਵੱਲੋਂ? ਵਿਰੋਧ ਤਾਂ ਹੁੰਦਾ ਹੈ ਜੀ, ਨਗਰ ਕੌਂਸਲ ਦਾ ਜੋ ਕੋਈ ਚੰਗਾ ਕੰਮ ਕਰਾਂਗੇ ਤਾਂ ਵਿਰੋਧ ਤਾਂ ਕਰਦਾ ਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਬਾਜ਼ਾਰ ਜਿਵੇਂ ਗਊਸ਼ਾਲਾ ਰੋਡ ਹੈ ਜਾਂ ਚੌਂਕ ਘੰਟਾ ਕਰਦਾ ਹੈ ਉੱਥੇ ਬਹੁਤ ਜ਼ਿਆਦਾ ਕਬਜ਼ੇ ਨੇ ਲੋਕਾਂ ਦਾ ਨਿਕਲਣਾ ਔਖਾ ਹੈ ਉਹਨਾਂ ਨੂੰ ਛੱਡ ਕੇ ਬਾਰਡਰ ਰੋਡ ਸ਼ੁਰੂ ਕਰਨ ਵਾਸਤੇ। ਬਾਰਡਰ ਰੋਡ ਅਸੀਂ ਅਜੇ ਟਾਈਮ ਪਿਆ ਅਸੀਂ 7 ਵਜੇ ਤਾਂ ਆਏ ਸੀਗੇ 7 ਵਜੇ ਅਸੀਂ ਕੈਂਪੇਨ ਸ਼ੁਰੂ ਕੀਤੀ ਹੈ ਕਿ ਜਿਹੜਾ ਸਮਾਨ ਅਸੀਂ ਇੱਥੇ ਹੁਣ ਪਿਆ ਅਸੀਂ ਉਹ ਅਸੀਂ ਕਿਸੇ ਨੂੰ ਮਤਲਬ ਪਰੇਸ਼ਾਨ ਕਰਨ ਨਹੀਂ ਆਏ ਅਸੀਂ 7 ਵਜੇ ਅਸੀਂ ਤਾਂ ਆਏ ਸੀਗੇ ਕਿ ਪਬਲਿਕ ਇਕੱਠੀ ਹੋ ਜਾਂਦੀ ਹੈ ਕੰਟਰੋਵਰਸੀ ਕ੍ਰੀਏਟ ਹੋ ਜਾਂਦੀ ਹੈਗੀ ਹੈ ਇਹਨਾਂ ਦਾ ਕੰਮ ਹੋ ਗਿਆ ਉਸ ਬਾਅਦ ਅਸੀਂ ਘੰਟਾਘਰ ਚੌਂਕ ਜਾਵਾਂਗੇ ਉਸ ਬਾਅਦ ਅਸੀਂ ਗਊਸ਼ਾਲਾ ਰੋਡ ਜਾਵਾਂਗੇ ਜਾਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਅਸੀਂ ਉਹਨਾਂ 'ਤੇ ਕੰਪਲਾਈਂਸ ਕਰਾਂਗੇ। ਕਿਸ ਤਰ੍ਹਾਂ ਦੀ ਮੁਹਿੰਮ ਹੈ ਜਿਹੜੀ ਅੱਜ ਸੁਬਾਹ ਸੁਬਾਹ ਹੀ ਜਿਹੜਾ ਐਕਸ਼ਨ ਨਜ਼ਰ ਆਇਆ ਜੀ ਨਗਰ ਕੌਂਸਲ? ਅੱਜ ਨਗਰ ਕੌਂਸਲ ਵੱਲੋਂ ਬਾਰਡਰ ਰੋਡ 'ਤੇ ਜਿਹੜੀ ਨਜਾਇਜ਼ ਇਨਕਰੋਚਮੈਂਟ ਸੀ ਉਹ ਰਿਮੂਵ ਕੀਤੀ ਜਾ ਰਹੀ ਹੈ ਜੀ। ਇਸ 'ਚ ਅਸੀਂ 5 ਟਰਾਲੀਆਂ ਸਮਾਨ ਦੀਆਂ ਜਿਹੜੀਆਂ ਸੜਕਾਂ 'ਤੇ ਪਈਆਂ ਨੇ ਟ੍ਰੈਫਿਕ ਦੀ ਸਮੱਸਿਆ ਕਰ ਰਹੀਆਂ ਸੀ ਆਉਣ ਜਾਣ ਵਾਲਿਆਂ ਨੂੰ ਜਬਤ ਕਰਕੇ ਨਗਰ ਕੌਂਸਲ ਦਫ਼ਤਰ ਪਹੁੰਚਾਈਆਂ ਨੇ। ਕੋਈ ਇਹਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸੀ? ਹਾਂਜੀ ਹਾਂਜੀ, ਅਸੀਂ ਪਹਿਲੇ ਪਿਛਲੇ ਹਫ਼ਤੇ ਸਾਰਿਆਂ ਨੂੰ ਨੋਟਿਸ ਦੇ ਦਿੱਤੇ ਸੀ, ਇਹਨਾਂ ਨੂੰ ਵਾਰਨਿੰਗ ਵੀ ਦੇ ਦਿੱਤੀ ਸੀ ਵੀ ਆਪਣਾ ਸਮਾਨ ਆਪਣੇ ਹੱਥ 'ਚ ਰੱਖੋ ਸਰਕਾਰੀ ਜਗ੍ਹਾ 'ਤੇ ਨਾ ਰੱਖੋ। ਕਿੰਨੇ ਸਮੇਂ ਤੋਂ ਜਿਹੜਾ ਇਹ ਕਬਜ਼ਾ ਧਾਰਕ ਸੀਗੇ? ਪਿਛਲੇ ਕਾਫੀ ਸਮੇਂ ਤੋਂ ਕੰਪਲੇਂਟਸ ਮਿਲ ਰਹੀਆਂ ਸੀ, ਪਿੱਛੇ ਵੀ ਅਸੀਂ ਰਿਮੂਵ ਕਰ ਗਏ ਸੀਗੇ ਲੇਕਿਨ ਲੋਕਾਂ ਦੁਆਰਾ ਫਿਰ ਉੱਥੇ ਇਨਕਰੋਚਮੈਂਟ ਕਰ ਲਈ ਗਈ। ਅੱਛਾ, ਕਿੰਨੇ ਕੁ ਦੁਕਾਨਦਾਰ ਨੇ ਜਿਨ੍ਹਾਂ ਦੇ ਵੱਲੋਂ ਇਹ ਸੜਕ ਦੇ ਉੱਤੇ ਸੀਗੇ ਕਬਜ਼ੇ ਜੀ? ਇੱਥੇ ਲਗਭਗ 20 ਤੋਂ ਲੈ ਕੇ 30 ਦੁਕਾਨਦਾਰ ਹੈਗੇ ਜਿਨ੍ਹਾਂ ਸਮਾਨ ਵਾਰ ਪਿਆ ਹੋਇਆ ਸੀਗਾ। ਕਿਸੇ ਦਾ ਵਿਰੋਧ ਵੀ ਵੇਖਣ ਨੂੰ ਮਿਲਿਆ? ਕੋਈ ਵਿਰੋਧ ਵੀ ਕੀਤੇ ਗਏ ਨੇ ਜੀ? ਕੁਛ ਲੋਕਾਂ ਨੂੰ ਇਹ ਲੱਗ ਰਿਹਾ ਵੀ ਸਾਡੀ ਜਗ੍ਹਾ ਤੋਂ ਸਮਾਨ ਚੱਕਿਆ ਜਾ ਰਿਹਾ ਹੈ, ਸਾਡੀ ਪਰਸਨਲ ਜਗ੍ਹਾ ਸੀ, ਲੇਕਿਨ ਨਗਰ ਕੌਂਸਲ ਨੂੰ ਸਿਰਫ ਜੋ ਸਰਕਾਰੀ ਜਗ੍ਹਾ 'ਤੇ ਕਬਜ਼ੇ ਲੋਕਾਂ ਨੇ ਕੀਤੇ ਸੀ ਉੱਥੋਂ ਹੀ ਸਮਾਨ ਚੱਕਿਆ ਜਾ ਰਿਹਾ। ਮਤਲਬ ਕਿ ਸਾਰੀ ਥਾਂ ਜਿਹੜੀ ਸਰਕਾਰੀ ਸੀ? ਹਾਂਜੀ ਬਿਲਕੁਲ। ਅਤੇ ਇਹਨਾਂ ਵੱਲੋਂ ਟ੍ਰੈਫਿਕ ਵਿੱਚ ਬਹੁਤ ਜ਼ਿਆਦਾ ਸਮੱਸਿਆ ਕਰ ਰਹੀ ਹੈ ਜੀ, ਲੋਕਾਂ ਨੂੰ ਆਉਣ ਜਾਣ 'ਚ ਵੱਡੇ ਵਹੀਕਲਸ ਨੂੰ ਬੜਾ ਦਿੱਕਤ ਆ ਰਹੀ ਹੈ ਸਰੂਪ 'ਤੇ। ਇੱਕ ਕਾਫੀ ਸਮੇਂ ਤੋਂ ਸੀਗੀ ਸੁੰਦਰਤਾ ਨੂੰ ਵੀ ਗ੍ਰਹਿਣ ਲੱਗ ਰਿਹਾ ਕਿਉਂਕਿ ਬਿਲਕੁਲ ਜੀ ਬਿਲਕੁਲ ਨੈਸ਼ਨਲ ਹਾਈਵੇ। ਹਾਂਜੀ ਹਾਂਜੀ, ਇਹ ਬਾਰਡਰ ਨੂੰ ਜਾ ਰਹੀ ਹੈ ਰੋਡ ਜੀ, ਸਾਊਥ ਕੀ ਬਾਰਡਰ ਨੂੰ, ਜੋ ਟੂਰਿਸਟ ਪਲੇਸ ਵੀ ਸਾਡੇ ਬਣ ਰਿਹਾ, ਉਸ ਕਰਕੇ ਇਸ ਰੋਡ ਨੂੰ ਤੋਂ ਕਬਜ਼ੇ ਰਿਮੂਵ ਕਰਨੇ ਬਹੁਤ ਜ਼ਰੂਰੀ ਸਨ। ਕੀ ਮੈਸੇਜ ਦੇਣਾ ਚਾਹੋਗੇ ਬਾਕੀ ਸ਼ਹਿਰ ਵਾਸੀਆਂ ਨੂੰ? ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਸਾਡੇ ਵੱਲੋਂ ਨਗਰ ਕੌਂਸਲ ਵੱਲੋਂ ਬੇਨਤੀ ਹੈ, ਬੜਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ, ਸਰਕਾਰੀ ਜਗ੍ਹਾ 'ਤੇ ਨਾ ਰੱਖਣ, ਤਾਂ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਸ਼ਹਿਰ 'ਚ ਪੈਦਾ ਨਾ ਹੋ। ਇੱਕ ਐਮ ਸੀ ਵੱਲੋਂ ਵੀ ਕੋਈ ਬੋਲ ਬੁਲਾਵਾ ਕੀਤਾ ਜਾ ਰਿਹਾ ਸੀਗਾ, ਕਿਹਾ ਜਾ ਰਿਹਾ ਸੀਗਾ, ਕੌਣ ਸੀਗੇ ਕਿਹੜੇ? ਨੋਟ 'ਚ ਨਹੀਂ ਹੈਗਾ, ਸਾਡੀ ਟੀਮ ਵਾਲਾ ਲਗਾਤਾਰ ਕੰਮ ਕਰ ਰਹੀ ਹੈ। ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।